कोरोना वायरस ਨੂੰ ਫੈਲਣ ਤੋਂ ਰੋਕਣ ਦੇ ਮੱਦੇਨਜ਼ਰ ਲਗਾਏ ਗਏ ਕਰਫਿਊ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀਮਤੀ ਅਮਨੀਤ ਕੋਂਡਲ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਪੁਲਿਸ ਨੇ ਸਰਹੱਦ ਸ਼ਹਿਰ ਵਿਖੇ ਰਹਿੰਦੀਆਂ ਦੋ ਜੋੜੀਆਂ ਬੱਚੀਆਂ ਲਵਨੀਤ ਤੇ ਲਵਨੀਸ਼ ਦਾ 6ਵਾਂ ਜਨਮ ਦਿਵਸ ਮਨਾਇਆ। ਇਸ ਲਈ ਪਰਿਵਾਰ ਵੱਲੋਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਥਾਣਾ ਫਤਿਹਗੜ੍ਹ ਸਾਹਿਬ ਵਿਖੇ ਤਾਇਨਾਤ ਏਐਸਆਈ ਚਰਨਜੀਤ ਸਿੰਘ ਬਿਲਾਸਪੁਰੀ ਜੋ ਕਿ ਵੱਖ-ਵੱਖ ਗੀਤ ਗਾ ਕੇ ਸਮਾਜ ਨੂੰ ਜਾਗਰੂਕ ਕਰਨ ਲਈ ਉਪਰਾਲੇ ਕਰਦੇ ਰਹਿੰਦੇ ਹਨ ਨੇ ਇਸ ਮੌਕੇ ਉਚੇਚੇ ਤੌਰ ਤੇ ਧੀਆਂ ਨੂੰ ਸਮਰਪਿਤ ਗੀਤ ਗਾਏ। ਉਹ ਕੋਰੋਨਾ ਵਾਇਰਸ ਤੋਂ ਬਚਾਅ ਸੰਬੰਧੀ ਗੀਤ ਵੀ ਗਾ ਚੁੱਕੇ ਹਨ ਜਿਸ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ। ਬੱਚੇ ਦੀ ਮਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਰਫਿਊ ਕਾਰਨ ਉਹ ਸੋਚ ਰਹੇ ਸਨ ਕਿ ਆਪਣੀ ਬੱਚੇ ਦਾ ਜਨਮ ਦਿਵਸ ਕਿਵੇਂ ਮਨਾਉਣਗੇ, ਪਰ ਪੁਲਿਸ ਨੇ ਉਹਨਾਂ ਦੀਆਂ ਬੱਚਿਆਂ ਲਈ ਕੇਕ ਲਿਆ ਕੇ ਉਹਨਾਂ ਦੇ ਬੱਚੇ ਦਾ ਜਨਮ ਦਿਨ ਮਨਾਇਆ, ਜਿਸ ਲਈ ਉਹਨਾਂ ਦੀ ਖੁਸ਼ੀ ਵਿੱਚ ਅਥਾਹ ਵਾਧਾ ਹੋਇਆ ਹੈ। ਇਸ ਲਈ ਉਹ ਪੰਜਾਬ ਸਰਕਾਰ ਤੇ ਜ਼ਿਲ੍ਹਾ ਪੁਲਿਸ ਦੇ ਧੰਨਵਾਦੀ ਹਨ। ਫਤਿਹਗੜ੍ਹ ਸਾਹਿਬ ਤੋਂ ਸੰਦੀਪ ਅਰੋੜਾ ਦੀ ਰਿਪੋਰਟ। ਅੱਜ ਸਾਡੇ ਮਾਨਸਾ ਜਸਟਿਸ ਡਿਪਾਰਟਮੈਂਟ ਵੱਲੋਂ ਹੁਕਮ ਹੋਇਆ ਸੀ ਕਿ ਸਰਹੰਦ ਸ਼ਹਿਰ ਦੇ ਵਿੱਚ ਜਿਹੜੀਆਂ ਹੈਗੀਆਂ ਦੋ ਬੱਚੀਆਂ ਨੇ ਉਹਨਾਂ ਦਾ ਬਰਥਡੇ ਆ, ਉਹਨਾਂ ਦਾ ਬਰਥਡੇ ਲੋਕਡਾਊਨ ਹੋਣ ਕਰਕੇ ਉਹਨੂੰ ਪ੍ਰੋਬਲਮ ਆ ਰਹੀ ਆ। ਅਸੀਂ ਸਾਰੇ ਸਟਾਫ ਇਕੱਠੇ ਹੋ ਕੇ ਸਾਡੇ ਨਾਲ ਮੈਡਮ ਅਮਨਪ੍ਰੀਤ ਜੀ ਬਰਾੜ ਐਸ ਐਚ ਓ ਸਾਹਿਬ ਉਹਦੇ ਨਾਲ ਨੇ ਸਾਰਿਆਂ ਨੇ ਇਕੱਠੇ ਹੋ ਕੇ ਜਿਹੜਾ ਹੈਗਾ ਇਹ ਬੱਚੀਆਂ ਦਾ ਬਰਥਡੇ ਸੈਲੀਬ੍ਰੇਟ ਕੀਤਾ ਅਤੇ ਜਿਹਨਾਂ ਨਾਲ ਜਿਹੜਾ ਹੈਗਾ ਉਹਨਾਂ ਦੇ ਪੇਰੈਂਟਸ ਨੂੰ ਵੀ ਬੜੀ ਖੁਸ਼ੀ ਹੋਈ ਅਤੇ ਸਾਨੂੰ ਵੀ ਬੜਾ ਮਾਣ ਹੋਇਆ ਬੱਚਿਆਂ ਦਾ ਬਰਥਡੇ ਮਨਾ ਕੇ ਨਾਲ ਉਹਨਾਂ ਦੇ ਪਰਿਵਾਰ। ਜਿਹੜਾ ਬੱਚੇ ਦਾ ਉਪਰਾਲਾ ਕੀਤਾ ਗਿਆ ਜਨਮ ਦਿੰਦਾ ਕਿਸ ਤਰ੍ਹਾਂ ਖਿਆਲ ਹੈ ਉਹਨਾਂ? ਅੱਜ ਸਾਡੇ ਮਾਣਯੋਗ ਐਸ ਐਸ ਪੀ ਸਾਹਿਬ ਨੂੰ ਕਾਲ ਆਈ ਸੀ, ਇਹਨਾਂ ਦੀ ਬੱਚਿਆਂ ਦੀ ਮਦਰ ਵੱਲੋਂ ਕਾਲ ਕੀਤੀ ਗਈ ਸੀਗੀ ਕਿ ਅੱਜ ਉਹਨਾਂ ਦੀਆਂ ਬੱਚਿਆਂ ਦਾ ਬਰਥਡੇ ਹੈ, ਇਸ ਕਰਕੇ ਅਸੀਂ ਆਪਣੇ ਐਸ ਐਸ ਪੀ ਸਾਹਿਬ ਦੇ ਕਹਿਣ ਮੁਤਾਬਕ ਇਹਨਾਂ ਲਈ ਕੇਕ ਕੈਪ ਕਰਕੇ ਅਤੇ ਇਹਨਾਂ ਦਾ ਆਪਦੇ ਸਟਾਫ ਦੇ ਨਾਲ ਬਰਥਡੇ ਸੈਲੀਬ੍ਰੇਟ ਕਰਨ ਲਈ ਜਾਏ। ਮੈਨੂੰ ਕਿਸ ਤਰ੍ਹਾਂ ਲੱਗਿਆ ਬੱਚੇ ਦਾ ਛੋਟੀ ਬੱਚੀਆਂ ਦਾ ਜਨਮਦਿਨ ਮਨਾ ਕੇ? ਬੱਚੀਆਂ ਮੈਂ ਤਾਂ ਇਹਨਾਂ ਨੂੰ ਬਲੈਸਿੰਗ ਕਰਦੀ ਹਾਂ ਵੀ ਇਹ ਪੜ੍ਹ ਲਿਖ ਕੇ ਬਹੁਤ ਵਧੀਆ ਅਫਸਰ ਬਣਨ ਅਤੇ ਮੈਨੂੰ ਬਹੁਤ ਵਧੀਆ ਲੱਗਿਆ ਇਹਨਾਂ ਦਾ ਬਰਥਡੇ ਸੈਲੀਬ੍ਰੇਟ ਕਰਕੇ, ਉਸ ਪਰਿਵਾਰ ਨੂੰ ਬੜੀ ਖੁਸ਼ੀ ਮਹਿਸੂਸ ਹੋਈ ਸਾਡੇ ਆਉਣ ਨਾਲ।